ਮੈਨੂੰ ਪੁੱਛਿਆ ਮੈਂ ਯਾਰ ਐਡਾ ਤੂੰ ਫੌਜੀ ਬੈਂਡ ਲੈ ਕੇ ਆਇਆ ਜੰਜ ਤੇ ਕਿੰਨੇ ਪੈਸੇ ਦਿੱਤੇ ਨਹੀਂ ਉਹਨੂੰ ਕਹਿੰਦਾ ਯਾਰ 45,000 ਰੁਪਇਆ ਮੈਂ ਠੀਕ ਹੋ ਗਿਆ ਮੈਂ ਕਿਹਾ ਐਡਾ ਡੀਜੇ ਵੱਜਦਾ ਪਿਆ ਇਹਨੂੰ ਕਿੰਨੇ ਦਿੱਤੇ ਨਹੀਂ ਕਹਿੰਦਾ ਜੀ ਇਹਨੇ ਵੀ ਇੰਨੇ ਕੁ ਲਏ ਹੋਣੇ ਠੀਕ ਹੋ ਗਿਆ ਮੈਂ ਯਾਰ ਐਡਾ ਮੂਵੀ ਵਾਲਾ ਇਹਨੂੰ ਕਿੰਨੇ ਦਿੱਤੇ ਨਹੀਂ ਕਹਿੰਦਾ ਜੀ 4 ਦਿਨ ਦਾ ਨਾ 1.5 ਲੱਖ ਰੁਪਇਆ ਸਾਰਾ ਪੂਰੇ ਫੰਕਸ਼ਨ ਦਾ ਬਣ ਮੈਂ ਠੀਕ ਹੋ ਗਿਆ ਮੈਂ ਇਹ ਮੈਰਿਜ ਹਾਲ ਦੇ ਕਿੰਨੇ ਕੁ ਦਿੱਤੇ ਜੀ ਇਹ ਜੀ ਤਕਰੀਬਨ 12 ਲੱਖ ਰੁਪਇਆ ਬਣਿਆ ਮੈਂ ਅੱਲਾ ਦੇ ਬੰਦਿਆ ਮੈਰਿਜ ਹਾਲ ਤੋਂ ਬਗੈਰ ਵੀ ਨਿਕਾਹ ਹੋ ਜਾਣਾ ਸੀ 12 ਲੱਖ ਡੀਜੇ ਤੋਂ ਬਗੈਰ ਵੀ ਵਿਆਹ ਹੋ ਜਾਣਾ ਸੀ 50,000 ਫੌਜੀ ਬੈਂਡ ਤੋਂ ਬਗੈਰ ਵੀ ਨਿਕਾਹ ਹੋ ਜਾਣਾ ਸੀ 50,000 ਠੀਕ ਹੋ ਗਿਆ ਜੀ ਮੈਂ ਕਿਹਾ ਅੱਲਾ ਦੇ ਬੰਦਿਆ ਜਿਹਦੇ ਬਗੈਰ ਨਿਕਾਹ ਹੋ ਹੀ ਨਹੀਂ ਸਕਦਾ ਉਹਦੇ ਨੂੰ ਪੁੱਛਣ ਨੂੰ ਕੀ ਪਿਆ ਮੈਂ ਕਿਆ ਸਾ ਜ਼ੁਲਮ ਹੈ ਅੱਲਾ ਉਹਦਾ ਨਹੀਂ 50,000 ਬਣਦਾ ਖੁਸ਼ੀ ਵਿੱਚ ਇਹਦੇ ਬਗੈਰ ਨਿਕਾਹ ਹੋ ਹੀ ਨਹੀਂ ਸਕਦਾ ਕਿਹਨੇ ਖੁਤਬਾ ਪੜਨਾ ਸੀ ਉਹ ਹੈ ਮਾਂ ਦਾ ਪੁੱਤਰ ਖੁਤਬਾ ਪੜਨ ਵਾਲਾ ਅੱਲਾ ਡੀਜੇ ਨਾ ਹੋਏ ਨਿਕਾਹ ਨਾ ਪਿੱਛੇ ਸਟੇਜ ਸਜਿਆ ਹੋਏ ਨਿਕਾਹ ਨਾ ਫੌਜੀ ਬੈਂਡ ਹੋਏ ਨਿਕਾਹ ਨਾ ਕੈਮਰਾਮੈਨ ਹੋਏ ਨਿਕਾਹ ਇਹਦੇ ਬਗੈਰ ਨਿਕਾਹ ਕਿਹਨੇ ਕਰਾਉਣਾ ਸੀ ਕਿਹਨੇ ਜਾਬ ਕਬੂਲ ਕਰਾਉਣਾ ਸੀ ਇਹਦੇ ਕਿਹਨੇ ਨਿਕਾਹ ਦਾ ਖੁਤਬਾ ਦੇਣਾ ਸੀ ਇਹਦੇ ਹੈਂਜੀ ਉਹ ਅੱਲਾ ਸਾਰੀਆਂ ਫਜ਼ੂਲ ਰਸਮਾਂ ਸਾਰੇ ਗੈਰ ਸ਼ਰੀ ਕੰਮ ਦੇ ਲੱਖ 50, 35, 45 ਤੇ ਮੋਰੀ ਦੀ ਵਾਰੀ ਆਈ ਤੈਨੂੰ ਕੀ ਦੇਈਏ ਮੈਂ ਕਿਹਾ ਜ਼ਹਿਰ ਦੇ ਜਾ ਕੇ ਮਰ ਜਾਏ ਅਜੀਬ ਕੌਮ ਦਾ ਮਿਆਰ ਅਜੀਬ ਕੌਮ ਦਾ ਮਿਆਰ